ਬੰਦਾ ਬੈਂਕ ਤੋਂ ਪੈਸੇ ਕਢਾ ਕੇ ਲੌਟ ਰਿਹਾ ਹੈ ਜਾਂ ਬੈਂਕ ਪੈਸੇ ਜਮ੍ਹਾਂ ਕਰਾਉਣ ਲਈ ਜਾ ਰਿਹਾ ਹੈ। ਐਜ ਏ ਪੁਲਿਸ ਆਫੀਸਰ ਬਣ ਕੇ CIA ਸਟਾਫ ਦਾ ਬਣ ਕੇ ਇਹ ਸਿਵਲ ਕੱਪੜਿਆਂ ਦੇ ਵਿੱਚ ਆਉਂਦੇ ਹੈ, ਇਹ ਰੋਕ ਲੈਂਦੇ ਹੈ, ਇਹ ਸੈਟਲਮੈਂਟ ਕਰਦੇ ਹੈ ਕਈ ਵਾਰੀ ਉਸ ਸੋਨੇ ਨੂੰ ਜਾਂ ਪੈਸੇ ਨੂੰ ਖੋਹ ਵੀ ਲੈਂਦੇ ਹੈ ਐਂਡ ਦੌੜ ਜਾਂਦੇ ਹੈ। ਇਸ ਕਰਕੇ ਇਹਨਾਂ ਦੀ ਅਸੀਂ ਫੋਟੋਆਂ ਜਾਰੀ ਕੀਤੀਆਂ ਜਿਹੜੇ ਲੁਧਿਆਣੇ ਦੇ ਵਿੱਚ ਆ ਸਕਦੇ ਹੈ ਜਾਂ ਪਹਿਲਾਂ ਜਿਹੜੇ ਫੜੇ ਗਏ ਹੈ, ਪਿਛਲੇ 2 ਸਾਲ ਪਹਿਲਾਂ ਵੀ ਅਸੀਂ ਫੜੇ ਸੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਵੱਲੋਂ ਇਰਾਨੀ ਗੈਂਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਨੂੰ ਜਾਰੀ ਕਰਕੇ ਕਿਹਾ ਗਿਆ ਹੈ ਕਿ ਲੁਧਿਆਣਾ ਵਿੱਚ ਇਰਾਨੀ ਗੈਂਗ ਦੇ ਕੁਝ ਮੈਂਬਰ ਐਕਟਿਵ ਹੋ ਗਏ ਹਨ ਅਤੇ ਇਹਨਾਂ ਤੋਂ ਲੋਕਾਂ ਨੂੰ ਬਚਣ ਦੀ ਲੋੜ ਹੈ। ਖਾਸ ਕਰਕੇ ਇਹ ਗੈਂਗ ਦੇ ਮੈਂਬਰ ਨਕਲੀ ਪੁਲਿਸ ਅਫਸਰ ਬਣ ਕੇ ਜਾਂ CIA ਸਟਾਫ ਮੈਂਬਰ ਜਾਂ ਐਕਸਾਈਜ਼ ਦੇ ਅਫਸਰ ਬਣ ਕੇ ਲੋਕਾਂ ਨਾਲ ਲੁੱਟ ਖਸੁੱਟ ਕਰਦੇ ਨੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਹ ਖੁਲਾਸਾ ਕੀਤਾ ਹੈ ਕਿ ਦੇਸ਼ ਭਰ ਵਿੱਚ 700 ਦੇ ਕਰੀਬ ਇਰਾਨੀ ਗੈਂਗ ਦੇ ਮੈਂਬਰ ਹਨ ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲ ਜਾਂਦੇ ਨੇ ਅਤੇ ਹੁਣ ਉਹਨਾਂ ਦੀ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਦੇ ਵਿੱਚ 25 ਤੋਂ 30 ਇਸ ਗੈਂਗ ਦੇ ਮੈਂਬਰ ਐਕਟਿਵ ਨੇ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ। ਇਸ ਕਰਕੇ ਲੋਕ ਇਹਨਾਂ ਤੋਂ ਸੁਚੇਤ ਰਹਿਣ। ਉਹਨਾਂ ਕਿਹਾ ਕਿ ਇਹ ਜ਼ਿਆਦਾਤਰ ਪੁਲਿਸ ਮੁਲਾਜ਼ਮ ਜਾਂ ਸਰਕਾਰੀ ਅਧਿਕਾਰੀ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਅਤੇ ਉਹਨਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਇਸ ਕਰਕੇ ਲੋਕ ਇਹਨਾਂ ਤੋਂ ਜ਼ਰੂਰ ਸਾਵਧਾਨ ਰਹਿਣ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ 2 ਸਾਲ ਪਹਿਲਾਂ ਵੀ ਉਹਨਾਂ ਨੇ ਇਸ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਹ ਗੈਂਗ ਮੁੜ ਤੋਂ ਲੁਧਿਆਣੇ ਵਿੱਚ ਆ ਗਿਆ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ, ਇਹਨਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ, ਪਰ ਸ਼ਹਿਰ ਵਾਸੀ ਵੀ ਇਹਨਾਂ ਤੋਂ ਸੁਚੇਤ ਰਹਿਣ, ਇਸ ਦੀ ਲੋੜ ਹੈ। ਇਰਾਨੀ ਗੈਂਗ ਇੱਕ ਮੱਧ ਪ੍ਰਦੇਸ਼ ਭੋਪਾਲ ਸਾਈਡ ਦਾ ਗੈਂਗ ਹੈ। ਇਹਦੇ ਗੈਂਗ ਮੈਂਬਰਸ ਬੜੇ ਐਕਸਪਰਟ ਹੁੰਦੇ ਹੈ, ਉਹ ਪੁਲਿਸ ਆਫੀਸਰ ਬਣ ਕੇ ਪਬਲਿਕ ਕੋਈ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਰੈਕੀ ਕਰਦੇ ਆ, ਦੇਖਦੇ ਆ ਕਿ ਕੋਈ ਬੰਦਾ ਬੈਂਕ ਤੋਂ ਪੈਸੇ ਕਢਾ ਕੇ ਲੌਟ ਰਿਹਾ ਹੈ ਜਾਂ ਬੈਂਕ ਪੈਸੇ ਜਮ੍ਹਾਂ ਕਰਾਉਣ ਲਈ ਜਾ ਰਿਹਾ ਹੈ ਜਾਂ ਕੋਈ ਗੋਲਡ ਖਰੀਦ ਕੇ ਲੌਟ ਰਿਹਾ ਹੈ ਜਾਂ ਕੋਈ ਸੁਨਾ ਰਿਹਾ ਆਪਣੇ ਘਰ ਜਾ ਰਿਹਾ ਗੋਲਡ ਲੈ ਕੇ, ਉਸ ਨੂੰ ਐਜ਼ ਏ ਪੁਲਿਸ ਆਫੀਸਰ ਬਣ ਕੇ CIA ਸਟਾਫ ਦਾ ਬਣ ਕੇ ਇਹ ਸਿਵਲ ਕੱਪੜਿਆਂ ਦੇ ਵਿੱਚ ਆਉਂਦੇ ਹੈ, ਇਹ ਰੋਕ ਲੈਂਦੇ ਹੈ। ਇਹ ਕਹਿੰਦੇ ਬਈ ਔਰ ਇਸ ਤਰੀਕੇ ਦੀ ਗੱਲਾਂ ਕਰਦੇ ਕਿ ਪਬਲਿਕ ਨੂੰ ਲੱਗੇ ਕਿ ਇਹ ਪੁਲਿਸ ਦੇ ਹੀ ਆਫੀਸ਼ੀਅਲ ਹਨ, ਪੁਲਿਸ ਦੇ ਮੁਲਾਜ਼ਮ ਹਨ, ਸਿਵਲ ਕੱਪੜਿਆਂ ਦੇ ਵਿੱਚ ਘੁੰਮ ਰਹੇ ਹਨ। ਇਹ ਕਹਿੰਦੇ ਕਿ ਬਈ ਇਹ ਤੁਸੀਂ ਇੰਨਾ ਕੈਸ਼ ਲੈ ਕੇ ਕਿਉਂ ਜਾ ਰਹੇ ਹੋ ਜਾਂ ਇਸ ਤਰੀਕੇ ਦੀ ਇੰਨੀ ਜਵੈਲਰੀ ਲੈ ਕੇ ਕਿਉਂ ਜਾ ਰਹੇ ਹੋ, ਇਹ ਤਾਂ ਕ੍ਰਾਈਮ ਹੈ, ਇਹ ਤੁਸੀਂ ਨੰਬਰ 2 ਦਾ ਕੰਮ ਕਰ ਰਹੇ ਹੋ, ਇਹ ਤਾਂ ਤੁਹਾਡੇ ਦੇ ਉੱਪਰ ਪਰਚਾ ਦਰਜ ਹੋਵੇਗਾ। FIR ਦਾ ਡਰਾਵਾ ਦੇ ਕੇ ਪਬਲਿਕ ਨੂੰ ਫਿਰ ਇਹ ਸਾਈਡ 'ਤੇ ਲੈ ਜਾਂਦੇ ਆ ਕਿਸੇ ਸੁਨਸਾਨ ਜਗ੍ਹਾ 'ਤੇ ਅਤੇ ਉੱਥੇ ਫਿਰ ਸੈਟਲਮੈਂਟ ਕਰਦੇ ਆ ਕਿ ਬਈ ਤੁਸੀਂ ਇੱਦਾਂ ਕਰੋ, ਜੇ ਤੁਹਾਡੇ ਕੋਲ 20 ਤੋਲੇ ਸੋਨਾ ਹੈ ਅਤੇ 10 ਸਾਨੂੰ ਦੇ ਦਿਓ, 10 ਤੁਸੀਂ ਰੱਖ ਲਿਓ। ਇਹ ਸੈਟਲਮੈਂਟ ਕਰਦੇ ਆ, ਕਈ ਵਾਰੀ ਉਸ ਸੋਨੇ ਨੂੰ ਜਾਂ ਪੈਸੇ ਨੂੰ ਖੋਹ ਵੀ ਲੈਂਦੇ ਆ ਐਂਡ ਦੌੜ ਜਾਂਦੇ ਆ। ਇਹ ਟੋਟਲ ਇਹਦੇ ਮੈਂਬਰਸ, ਇਹ ਪੂਰੇ ਇੰਡੀਆ ਦੇ ਵਿੱਚ ਇਹ ਗੈਂਗ ਫੈਲਿਆ ਹੋਇਆ, ਇਹ ਮੂਵ ਕਰਦਾ ਰਹਿੰਦਾ ਗੈਂਗ। ਜੇ ਹਫ਼ਤਾ ਇਹਨਾਂ ਨੇ ਪੰਜਾਬ ਦੇ ਵਿੱਚ ਲਗਾ ਲਿਆ, ਹਫ਼ਤਾ ਦਿੱਲੀ, ਹਫ਼ਤਾ ਰਾਜਸਥਾਨ, ਇਸ ਤਰੀਕੇ ਨਾਲ ਇਹਦੇ ਟੋਟਲ 600 ਦੇ ਕਰੀਬ ਮੈਂਬਰਸ, ਐਕਟਿਵ ਮੈਂਬਰਸ ਦੀ ਲਿਸਟ ਪੂਰੇ ਇੱਕ ਵਾਰੀ ਇੰਡੀਆ ਦੀ ਸਾਰੀ ਪੁਲਿਸ ਨੇ ਮਿਲ ਕੇ ਬਣਾਈ ਸੀ। 600-700 ਦੇ ਕਰੀਬ ਐਕਟਿਵ ਮੈਂਬਰਸ ਹਨ ਇਹਨਾਂ ਦੇ, ਜਿਹੜੇ ਫਿਲਹਾਲ 25-30 ਮੈਂਬਰਸ ਲੁਧਿਆਣੇ ਆਏ ਹੋਏ ਹਨ, ਜੋ ਕਿ ਦੋ ਦੋ ਚਾਰ ਚਾਰ ਦੇ ਗਰੁੱਪ ਦੇ ਵਿੱਚ ਇਹ ਕਈ ਥਾਵਾਂ 'ਤੇ ਖੜ੍ਹ ਜਾਂਦੇ ਆ ਐਂਡ ਉੱਥੇ ਫਿਰ ਇਹ ਸ਼ਿਕਾਰ ਦੀ ਤਲਾਸ਼ ਕਰਦੇ ਰਹਿੰਦੇ ਆ। ਅਤੇ ਇਸ ਕਰਕੇ ਇਹਨਾਂ ਦੀ ਅਸੀਂ ਫੋਟੋਆਂ ਜਾਰੀ ਕੀਤੀਆਂ ਜਿਹੜੇ ਲੁਧਿਆਣੇ ਦੇ ਵਿੱਚ ਆ ਸਕਦੇ ਆ ਜਾਂ ਪਹਿਲਾਂ ਜਿਹੜੇ ਫੜੇ ਗਏ ਆ। ਪਿਛਲੇ 2 ਸਾਲ ਪਹਿਲਾਂ ਵੀ ਅਸੀਂ ਫੜੇ ਸੀ ਕਾਫੀ ਮੈਂਬਰਸ, ਅਤੇ ਇਹ ਫਿਰ ਜੇ ਬੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਫਿਰ ਕਾਨੂੰਨ ਦੇ ਹੱਥ ਤੋਂ ਦੂਰ ਹੋ ਜਾਂਦੇ ਆ। ਅਤੇ ਇਸ ਕਰਕੇ ਪਬਲਿਕ ਨੂੰ ਇਹੀ ਅਪੀਲ ਹੈ ਕਿ ਕੋਈ ਵੀ ਬੰਦਾ, ਕੋਈ ਵੀ ਪੁਲਿਸ ਮੁਲਾਜ਼ਮ ਬਣ ਕੇ ਸਿਵਲ ਕੱਪੜਿਆਂ ਦੇ ਵਿੱਚ ਜਾਂ ਕਿਸੇ ਤਰੀਕੇ ਦਾ ਤੁਹਾਨੂੰ ਕੋਈ ਰੋਕਦਾ ਹੈ, ਉਸਦੀ ਗੱਲਾਂ ਦੇ ਵਿੱਚ ਨਾ ਆਓ। 112 ਨੰਬਰ 'ਤੇ ਇਮੀਡੀਏਟਲੀ ਕਾਲ ਕਰੋ, ਉੱਥੇ ਵਰਦੀ ਵਾਲੇ ਪੁਲਿਸ ਮੁਲਾਜ਼ਮ ਪਹੁੰਚ ਕੇ ਸਾਰੀ ਚੀਜ਼ਾਂ ਚੈੱਕ ਕਰਨਗੇ, ਤੁਹਾਨੂੰ ਜੋ ਵੀ ਕੁਝ ਹੋਏਗੀ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਭਰਤ ਸ਼ਰਮਾ ਦੀ ਰਿਪੋਰਟ, ਦ ਸਮਰ ਨਿਊਜ਼। ਵਧੇਰੇ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।